ਖੀਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਬੀਬੀ ਜਗੀਰਕੌਰ ਸਾਡੇ ਨਾਲ ਮੌਜੂਦ ਹੈ ਇੱਥੇ 551ਵਾਂ ਗੁਰਪੁਰਬ ਮੁਕੇ ਨਤਮਸਤਕ ਹੋਣ ਲਈ ਪਹੁੰਚੇ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਦਾ ਸੰਗਤਾਂ ਦੇ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਇੱਥੇ ਗੁਰੂ ਨਾਨਕ ਦੇਵ ਜੀ ਦੇ ਦਰ ਦੇ ਉੱਤੇ ਸੰਗਤਾਂ ਵਿੱਚ ਉਸੇ ਤਰ੍ਹਾਂ ਉਤਸ਼ਾਹ ਹੈ ਜਿਸ ਦਾ ਲਗਾਤਾਰ ਜਿਉਂ ਤੋਂ ਲੈ ਕੇ ਗੁਰਨਾਥ ਸਾਹਿਬ ਜੀ ਨੇ ਇੱਥੇ ਚਰਨ ਪਾਏ ਆ ਇਸ ਸਾਲ ਪਿਛਲੇ ਸਾਲ ਵਾਂਗ ਕਿਉਂਕਿ 550ਵਾਂ ਸਾਲ ਅਸੀਂ ਮਨਾਇਆ ਸੀ ਤੇ ਅੱਜ 551ਵੇਂ ਸਾਲ ਦੇ ਉੱਤੇ ਇਹ ਕੰਪਲੀਟ ਹੋ ਰਿਹਾ ਪਿਛਲੇ ਵਰਾ ਤੇ ਉਹਦੇ ਸਬੰਧ ਵਿੱਚ ਮੇਰੇ ਖਿਆਲ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਲਗਾਤਾਰ ਬੜੇ ਦਿਨਾਂ ਤੋਂ ਨਤਮਸਤਕ ਹੋ ਰਹੀਆਂ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਰਹੀਆਂ ਰਹਿਮਤ ਮੰਗ ਰਹੀਆਂ ਤੇ ਉਸ ਦਾ ਸ਼ੁਕਰਾਨਾ ਕਰ ਰਹੀਆਂ ਸੱਚੇ ਪਾਤਸ਼ਾਹ ਬਹੁਤ ਵੱਡੀ ਆਫਤ ਆਈ ਇੱਕ ਐਸੀ ਭਿਆਨਕ ਬਿਮਾਰੀ ਜਿਹੜੀ ਕਿ ਫੈਲ ਚੁੱਕੀ ਸਾਰੇ ਦੇਸ਼ ਦੇ ਵਿੱਚ ਸਾਰੇ ਹਿੰਦੁਸਤਾਨ ਚ ਨਹੀਂ ਬਾਹਰਲੇ ਵਰਲਡ ਵਿੱਚ ਉਹ ਤੋਂ ਸਾਨੂੰ ਬਚਾ ਕੇ ਰੱਖਿਆ ਤੇ ਸਾਨੂੰ ਆਪਣੇ ਚਰਨਾਂ ਵਿੱਚ ਆ ਕੇ ਮੌਕਾ ਦਿੱਤਾ ਕਿ ਨਤਮਸਤਕ ਹੋਈਏ ਬੇਬੀ ਦੇਖਣ ਨੂੰ ਮਿਲਦਾ ਕਿ ਪੰਜਾਬ ਸਰਕਾਰ ਨੇ ਇੱਕ ਵੱਖਰੀ ਸਟੇਜ ਲਗਾਈ ਜਦੋਂ ਕਿ ਸਾਰੇ ਪ੍ਰੋਗਰਾਮ ਇੱਥੇ ਕਰਵਾਏ ਜਾ ਰਹੇ ਸੀ ਕਿਸ ਤਰ੍ਹਾਂ ਦੇਖਦੇ ਹੋ ਸਟੇਜ ਨੂੰ ਕਿ ਲਗਾਉਣੀ ਚਾਹੀਦੀ ਹੈ ਕਿ ਨਹੀਂ ਲਗਾਉਣੀ ਚਾਹੀਦੀ ਬੜਾ ਅਫਸੋਸ ਹੈ ਜੀ ਕਿ ਜਿਸ ਥਾਂ ਦੇ ਉੱਤੇ ਅਸੀਂ ਮੱਥਾ ਟੇਕਣ ਆ ਰਹੇ ਹਾਂ ਉੱਥੇ ਆ ਕੇ ਮੁਕਾਬਲੇ ਵਿੱਚ ਸਟੇਜਾਂ ਲਾਉਣੀਆਂ ਜਦੋਂ ਬਾਣੀ ਵੀ ਇੱਥੇ ਚੱਲ ਰਹੀ ਹੋਵੇ ਗੁਰਮਤਿ ਦਾ ਪ੍ਰਚਾਰ ਵੀ ਹੋ ਰਿਹਾ ਹੋਵੇ ਪਿਛਲੀ ਵਾਰ ਵੀ ਨਾ 550 ਸਾਲਾਂ ਦੇ ਉੱਤੇ ਵੀ ਇਸੇ ਤਰ੍ਹਾਂ ਕੀਤਾ ਸੀਗਾ ਤੇ ਗੁਰੂ ਘਰ ਦੇ ਨਾਲ ਆ ਕੇ ਇਸ ਤਰ੍ਹਾਂ ਦੂਜੀਆਂ ਸਟੇਜਾਂ ਲਾਉਣੀਆਂ ਸੋਭਤ ਨਹੀਂ ਦਿੰਦਾ ਕਿਉਂਕਿ ਬੜੀ ਜ਼ਿੰਮੇਵਾਰੀ ਦੀ ਥਾਂ ਹੁੰਦੀ ਹੈ ਸਰਕਾਰ ਦੀ ਉਹਨਾਂ ਦਾ ਸਗਾ ਫਰਜ ਬੰਦਾ ਹੁੰਦਾ ਹੈ ਕਿ ਅਸੀਂ ਪਾਈ ਚਾਰਕ ਸਾਜ ਨੂੰ ਵਧਾਉਣ ਵਾਸਤੇ ਇੱਕਤਾ ਦਾ ਸਬੂਤ ਦੇਈਏ ਪਰ ਉਹਨਾਂ ਦੀ ਮਰਜ਼ੀ ਹੈ ਜੀ ਅਸੀਂ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦੇ ਮੁੱਖ ਮੰਤਰੀ ਜੀ ਆਪ ਆਏ ਇੱਥੇ ਬਾਕੀ ਸਾਰੀਆਂ ਸ਼ਖਸੀਅਤਾਂ ਆਈਆਂ ਚਾਹੀਦਾ ਤੇ ਇਹ ਸੀ ਵੀ ਕੋਸਟੇ ਇਧਰ ਤੇ ਆ ਕੇ ਬੈਠਦੇ ਮੱਥਾ ਟੇਕਦੇ ਸਾਰੇ ਇੱਥੇ ਆ ਕੇ ਮੱਥਾ ਟੇਕ ਰਹੇ ਹੈ ਕੋਈ ਇੱਥੇ ਕੋਈ ਵਿਤਕਰਾਨੀ ਸੱਬੇ ਸੰਜੀਵਾਲਤਾ ਦੇ ਨਾਲ ਅਸੀਂ ਸਨੇਹਾ ਦੇ ਰਹੇ ਹਾਂ ਫਿਰ ਵੀ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣੀ ਹੈ ਭਾਵੇਂ ਕਿਤੇ ਵੀ ਬੈਠੇ ਕੋਈ ਕੀਰਤਨ ਸੁਣਦੇ ਹੈ ਗੁਰਬਾ ਸਭ ਨੂੰ ਬਹੁਤ-ਬਹੁਤ ਵਧਾਈਓ ਸਰਕਾਰ ਦਾਅਵੇ ਕਰਦੀ ਹੈ ਕਿ ਸੁਲਤਾਨਪੁਰ ਲੋਧੀ ਜਿਹੜਾ ਪਵਿੱਤਰ ਸ਼ਹਿਰ ਹੈ ਉਸ ਪਰ ਉਸਨੇ ਕਰੋੜਾਂ ਰੁਪਏ ਲਗਾ ਦਿੱਤਾ ਪਰ ਜੋ ਜ਼ਮੀਨੀ ਪੱਧਰ ਉੱਪਰ ਨਿਕਲਦੇ ਅਜਿਹਾ ਕੁਝ ਨਹੀਂ ਨਜ਼ਰ ਆਉਂਦਾ ਕੀ ਸੋਚਦੇ ਜਿਹੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਐਲਾਨਣਾ ਚਾਹੀਦਾ ਹੈ ਬਲਕਿ ਉਸ ਦੀ ਨਾਲ ਪਾਲਣਾ ਵੀ ਹੋਣੀ ਚਾਹੀਦੀ ਹੈ ਪਵਿੱਤਰ ਸ਼ਹਿਰ ਤੇ ਵੈਸੇ ਗੁਰੂ ਨਾਨਕ ਸਾਹਿਬ ਦੇ ਜਿੱਥੇ ਚਰਨ ਪਏ ਹੈ ਉਹਦੇ ਨਾਲ ਪਵਿੱਤਰ ਹੋਣੇ ਹੈ ਨਾ ਕਿ ਸਰਕਾਰ ਦੇ ਕਹਿਣ ਦੇ ਨਾਲ ਹੋਣੇ ਹੈ ਸਰਕਾਰ ਤੇ ਉਹਨੂੰ ਸੁੰਦਰ ਬਣਾ ਸਕਦੀ ਹੈ ਉਹ ਸ਼ਹਿਰ ਨੂੰ ਉਹਦੀਆਂ ਮੁਸੀਬਤਾਂ ਨੂੰ ਹੱਲ ਕਰ ਸਕਦੀ ਹੈ ਉਹਨਾਂ ਦੀਆਂ ਸਹੂਲਤਾਂ ਨੂੰ ਦੇ ਸਕਦੀ ਹੈ ਡਿਵੈਲਪਮੈਂਟ ਕਰ ਸਕਦੀ ਹੈ ਪਵਿੱਤਰ ਸ਼ਹਿਰ ਤੇ ਤਾਂ ਹੀ ਹੈ ਜੇ ਗੁਰਨਾਗਸਦ ਦੇ ਮਹਾਰਕ ਚਰਨ ਪਏ ਆ ਲੋਕਾਂ ਨੇ ਉਹਦੇ ਨਾਲ ਜੋੜ ਕੇ ਪਵਿੱਤਰ ਕਹਿਣਾ ਕਿਉਂਕਿ ਜਿੱਥੇ ਪਵਿੱਤਰ ਨਾਮ ਬਖਸ਼ਿਸ਼ ਹੁੰਦੀ ਹੈ ਤੇ ਜਿੱਥੇ ਤੱਕ ਡਿਵੈਲਪਮੈਂਟ ਦੀ ਗੱਲ ਹੈ ਜੇ ਪੰਜਾਬ ਸਰਕਾਰ ਸਾਰੀ ਪੰਜਾਬ ਸਰਕਾਰ ਨੇ ਪਿਛਲੇ ਸਮਿਆਂ ਚ ਪੂਰੇ ਪੰਜਾਬ ਨੂੰ ਧੋਖਾ ਦਿੱਤਾ ਸੌਆਂ ਵੀ ਖਾਲੀਆਂ ਸੀ ਗੁਟਕਾ ਸਾਹਿਬ ਦੀ ਉਹ ਵੀ અપਮਾਨ ਕੀਤਾ ਲੇਕਿਨ ਡਿਵੈਲਪਮੈਂਟ ਨਹੀਂ ਕੀਤੀ ਇੱਥੇ ਕੋਈ ਵੱਖਰੀ ਡਿਵੈਲਪਮੈਂਟ ਨਹੀਂ ਹੋਈ ਭਾਵੇਂ ਕਰੋੜਾਂ ਰੁਪਏ ਗਣਾਈ ਜਾਣ ਪਰ ਡਿਵੈਲਪਮੈਂਟ ਤਾਂ ਕਿਤੇ ਨਜ਼ਰ ਆਉਂਦੀ ਨਹੀਂ ਜੇ ਕੋਈ ਡਿਵੈਲਪਮੈਂਟ ਕੀਤੀ ਹੁੰਦੀ ਤਾਂ ਦੁਨੀਆ ਸਾਰੀ ਦੇਖਦੀ ਐ ਮੈਂ ਬਹੁਤਾ ਇਸ ਸਮੇਂ ਦੇ ਉੱਤੇ ਉਹਨਾਂ ਦੀ ਗੱਲ ਨਹੀਂ ਕਰਨਾ ਚਾਹੁੰਦੀ ਬੀਬੀ ਕਿਸਾਨ ਦਿੱਲੀ ਸਰਹੱਦ ਉੱਪਰ ਡਟੇ ਹੋਏ ਅਥਰੂ ਗੰਦੇ ਗੋਲੇ ਚੱਲੇ ਉਹਨਾਂ ਨੇ ਡਾਂਗਾ ਖਾਲੀਆਂ ਕੰਡਿਆਲੀ ਤਾਰਸੀਆਂ ਬਹੁਤ ਕੁਝ ਸੇਆ ਪਾਣੀ ਦੀ ਬੁਸ਼ਾਰਾ ਸੈਲੀਆਂ ਪਰ ਫਿਰ ਵੀ ਉਹ ਡਟੇ ਹੋਏ ਐ ਐਸਜੀਪੀ ਕਿਸਾਨ ਜਿਹੜਾ ਉਹਤੇ ਭਾਵੇਂ ਕਿੱਡੀਆਂ ਵੀ ਆਫਤਾਂ ਆ ਜਾਣ ਆਪਣੇ ਖੇਤਾਂ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਕੇ ਸੇਵਾ ਕਰਦੇ ਆ ਕਕਰ ਹੋਣ ਲੋੜੇ ਦੀ ਗਰਮੀ ਹੋਵੇ ਉਹ ਕਦੀ ਘਬਰਾਏ ਨਹੀਂ ਇਹਨਾਂ ਨੂੰ ਇਹ ਪਾਣੀ ਦੇ ਪਿਛਾੜਾਂ ਕੀ ਕਹਿੰਦੀਆਂ ਉਤੇ ਪਿੰਦੇ ਗੜਿਆਂ ਵਿੱਚ ਵੀ ਆਪਣੀ ਜ਼ਮੀਨ ਦੇ ਉੱਤੇ ਕੰਮ ਕਰਦੇ ਆ ਤੇ ਲੋਕਾਂ ਦੀ ਸੇਵਾ ਵਿੱਚ ਆ ਜਾ ਰਹੇ ਨੇ ਸ਼੍ਰੋਮਣੀ ਗੁਰਦਾਰਾ ਪਰਉੰਦ ਕਮੇਟੀ ਆਪਣਾ ਫਰਜ਼ ਸਮਝਦੀ ਹੈ ਦੇਸ਼ ਦੇ ਕਿਸੇ ਕੋਨੇ 'ਚ ਜਾਂ ਬਾਹਰਲੇ ਦੇਸ਼ਾਂ 'ਚ ਵੀ ਜਦੋਂ ਆਫਤ ਆਉਂਦੀ ਹੈ ਤੇ ਇਹ ਸਿੱਖਾਂ ਦੀ ਪਾਰਲੀਮੈਂਟ ਕੋ ਆਉਣ ਵਾਲੀ ਸਿੱਖ ਜਥੇਬੰਦੀ ਹਮੇਸ਼ਾ ਗੁਰੂ ਦੀ ਗੋਲਕ ਨੂੰ ਸੰਤਾ ਵਾਸਤੇ ਵੱਤਦੀ ਹੈ ਮੈਂ ਸਭੰਦੀਆਂ ਵੀ ਹੁਣ ਵੀ ਲਗਾਤਾਰ 25 ਤਰੀਕ ਤੋਂ ਲੈ ਕੇ ਜਿੱਥੇ-ਜਿੱਥੇ ਕੋਈ ਬਾਰਡਰ ਸੀਲ ਹੋਇਆ ਜਿੱਥੇ-ਜਿੱਥੇ ਕੋਈ ਕੋਈ ਮੋਰਚਾ ਲੱਗਾ ਜਿੱਥੇ-ਜਿੱਥੇ ਵੀ ਸਾਡੀ ਸੰਗਤ ਬੈਠੀ ਹੈ ਉੱਥੇ ਦਵਾਈਆਂ ਵੀ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਔਰ ਉਹਨਾਂ ਲਈ ਲੰਗਰ ਵੀ ਪ੍ਰੋਵਾਈਡ ਕੀਤਾ ਜਾ ਰਿਹਾ ਫਿਰ ਵੀ ਮੈਂ ਕੱਲ ਜਾ ਕੇ ਕੁਰਖੇਤਰ ਦੇ ਵਿੱਚ ਡਿਊਟੀ ਲਾ ਕੇ ਆਈਆਂ ਕਿ ਜਾ ਕੇ ਆਪ ਵਿੱਚ ਬੈਠੋ ਉਹਨਾਂ ਨੂੰ ਪੁੱਛ ਕੇ ਆਓ ਕਿਹੜੀ ਚੀਜ਼ ਦੀ ਲੋੜ ਹੈ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਮੱਈਆ ਕਰਾਈ ਜਾਵੇ ਅਸੀਂ ਉਹਨਾਂ ਲਈ ਹਾ ਕਿਉਂਕਿ ਸਾਡੇ ਬੱਚੇ ਐ ਸਾਡੇ ਭਰਾ ਐ ਸਾਡੇ ਬਜ਼ੁਰਗ ਐ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਜੋ ਉੱਥੇ ਬੈਠੇ ਆ ਉਹ ਸਾਡੀ ਲੜਾਈ ਲੜ ਰਹੇ ਆ ਕਿਸਾਨ ਦੀ ਲੜਾਈ ਲੜ ਰਹੇ ਆ ਅਸੀਂ ਸਾਰੇ ਇਕੱਠੇ ਹੋ ਕੇ ਚੱਲੇ ਆ ਸਾਰਿਆਂ ਨੂੰ ਮੈਂ ਬੇਨਤੀ ਵੀ ਕਰਦੀ ਆ ਕਿ ਜਿੰਨੇ ਵੱਧ ਤੋਂ ਵੱਧ ਗਿਣਤੀ ਜਾ ਕੇ ਉੱਥੇ ਬੈਠ ਸਕਦੇ ਆ ਉਹ ਆਪਣੀ ਤਾਕਤ ਬਣਾਓ ਤਾਂ ਜੋ ਸਰਕਾਰ ਨੂੰ ਪਤਾ ਲੱਗ ਜਾਵੇ ਕਿ ਕਿਸਾਨੀ ਦੇ ਮੁੱਦੇ ਉੱਤੇ ਅਸੀਂ ਸਾਰਾ ਪੰਜਾਬ ਇਕੱਠੇ ਆ ਕੀ ਕਰਤਾਰਪੁਰ ਲੰਗਾ ਹਜੇ ਤੱਕ ਨਹੀਂ ਖੁੱਲ ਰਿਹਾ ਹਾਲਾਂਕਿ ਕਰੋਨਾ ਦਾ ਸਰਕਾਰ ਵਾਰ-ਵਾਰ ਬਹਾਨਾ ਬਣਾ ਰਹੀ ਹੈ ਪਰ ਕਰੋਨਾ ਦਾ ਬਹਾਨਾ ਬਣਾਇ ਸੀ ਪਰ ਇੱਥੇ ਜਿਹੜਾ ਸੰਗਤਾਂ ਦਾ ਇਕੱਠ ਉਮੜਿਆ ਉਸ ਤੋਂ ਪਤਾ ਲੱਗਦਾ ਸੰਗਤਾਂ ਨੂੰ ਕਰੋਨਾ ਦਾ ਡਰ ਨਹੀਂ ਉਸਨੇ ਆਪਣੇ ਗੁਰੂ ਦੇ ਚਰਨਾਂ 'ਚ ਜਾ ਕੇ ਨਤਮਸਤਕ ਹੋਣਾ ਕਿਉਂ ਨਹੀਂ ਖੋਲ ਜੀ ਕੀ ਲੱਗ ਰਿਹਾ ਫਿਰ ਹੋਰ ਕੀ ਹੋ ਕਰਨ ਹੋ ਸਕਦਾ ਦੇਖੋ ਗੁਰੂ ਸਾਹਿਬ ਜੀ ਦੇ ਘਰ ਵਿੱਚ ਸਦਾ ਰਹਿਮਤਾ ਬਖਸ਼ਦੀਆਂ ਸੁੱਖ ਮਿਲਦੇ ਆ ਰਾਮ ਤੇਰੀ ਸੁਖ ਪਾਇਆ ਸਦਾ ਨਾਨਕੀ ਅਰਦਾਸ ਉਹਦੀ ਰਹਿਮਤ ਹੋਵੇ ਤਾਂ ਸਾਰੇ ਸੁੱਖ ਮਿਲਦੇ ਆ ਇਹ ਵਿਸ਼ਵਾਸ ਹੈ ਸੰਗਤ ਦਾ ਹਰ ਬਸ਼ਰ ਦਾ ਵਿਸ਼ਵਾਸ ਹੈ ਕਿ ਇਹਦੇ ਘਰ ਵਿੱਚ ਹੀ ਅਸੀਂ ਅਰਦਾਸ ਕਰਦੇ ਹਾਂ ਔਖੀ ਘੜੀ ਨਾਲ ਦੇਖਣ ਦੇ ਆਪਣਾ ਵਿਰਤ ਪਛਾਨ ਅਸੀਂ ਉਹਦੇ ਘਰ ਚ ਆ ਕੇ ਸੁੱਖ ਮੰਗਦੇ ਹਾਂ ਸਾਨੂੰ ਕੋਈ ਚਿੰਤਾ ਨਹੀਂ ਤੇ ਲੱਖਾਂ ਦੀ ਸੰਗਤਾਂ ਅੱਜ ਵੀ ਆ ਰਹੀਆਂ ਤੇ ਪਿੱਛੇ ਵੀ ਹੁੰਦੀਆਂ ਰਹੀਆਂ ਕਿਸੇ ਨੂੰ ਕੋਈ ਤਕਲੀਫ ਨਹੀਂ ਮਹਿਸੂਸ ਹੋਈ ਮੈਂ ਸਮਝਦੀ ਇੱਕ ਬਹਾਨਾ ਖੋਲਣਾ ਚਾਹੀਦਾ ਪਤਾ ਨਹੀਂ ਕਿਉਂ ਸਰਕਾਰ ਇਹ ਦੇ ਵਿੱਚ ਡਿਲੇ ਕਰ ਰਹੀ ਹੈ ਕਿ ਇਹਨੂੰ ਖੋਲ ਨਾ ਖੋਲ ਕੇ ਸੰਗਤਾਂ ਦੇ ਨਾਲ ਇੱਕ ਤੋਖਾ ਵੀ ਹੋ ਰਿਹਾ ਤੇ ਉਹਨਾਂ ਦਾ ਚਾ ਨਹੀਂ ਪੂਰਾ ਹੋ ਰਿਹਾ ਇਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗਜੀਤ ਗੌਰ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਨੂੰ ਜਿਹੜੀ ਵੱਖਰੀ ਸਟੇਜ ਨਹੀਂ ਲਗਾਨੀ ਚਾਹੀਦੀ ਸੀ ਤੇ ਕੇਂਦਰ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਹੁਣ ਜਿਹੜਾ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੋਲਣਾ ਚਾਹੀਦਾ ਹੈ ਕੈਮਰਾ ਪਰਸਨ ਵਿਪਨ ਮਹਿਰਾ ਦੇ ਨਾਲ ਆਸ਼ੂ ਨੇਜਾ ਲਿਵਿੰਗ ਇੰਡੀਆ ਨਿਊਜ਼ ਸੁਲਤਾਨਪੁਰ ਲੋਧੀ